ਕਮਲਹੀਰ ਜੀ, ਪ੍ਰੋਗਰਾਮ ਟੌਰ ਪੰਜਾਬ ਜੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਸਤਿੰਦਰ ਜੀ ਧੰਨਵਾਦ, ਤੁਹਾਡਾ ਵੀ, ਸਾਰਿਆਂ ਦਾ ਧੰਨਵਾਦ, ਆਪਣੀਆਂ ਅਰਦਾਸਾਂ ਯਾਦ ਰੱਖਣ ਲਈ ਸ਼ੁਕਰੀਆ। ਕਮਲ ਜੀ, ਜਿਵੇਂ ਕਿ ਮੈਂ ਸਮਝਦਾ ਕਿ ਅੱਜ ਦਿਨ ਮੇਰੇ ਲਈ ਬਹੁਤ ਵਧੀਆ ਅਤੇ ਜ਼ਾਹਰ ਹੈ ਕਿ ਸਾਡੇ ਦਰਸ਼ਕਾਂ ਸਰੋਤਿਆਂ ਲਈ ਵੀ, ਅੱਜ ਅਸੀਂ ਨਿਰੰਤਰ ਸੁਰੀਲੇ ਫਨਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਿਵੇਂ ਕਿ ਜਿਹੜੇ ਸ਼ਬਦ ਤੁਹਾਡੇ ਮੂੰਹ 'ਚੋਂ ਅਲਫਾਜ਼ ਨਿਕਲਦੇ ਆ ਉਹਨਾਂ ਨੂੰ ਚੰਗੇ ਲੱਗਦੇ, ਚਾਹੇ ਗਾ ਕੇ ਕਹੋ ਜਾਂ ਵੈਸੇ ਗੱਲ ਕਰਕੇ। ਨਜ਼ਾਰੇ ਤੁਸੀਂ ਵੀ ਬੰਨ੍ਹ ਦੇਣੇ, ਮੈਨੂੰ ਪਤਾ ਇਸ ਗੱਲ ਦਾ, ਕਿਉਂਕਿ ਬਰਮੂਣ ਭਾਈ ਹੋਰਾਂ ਨਾਲ ਪਹਿਲਾਂ ਗੱਲ ਹੋ ਕੇ ਹਟੀ ਆ। ਜਿਵੇਂ ਕਿ ਪੰਜਾਬੀ ਵਿਰਸਾ ਸ਼ੋਅ ਅੱਜ ਕੈਲਗਰੀ ਹੈ, ਇਸ ਤੋਂ ਬਾਅਦ ਮੈਂ ਚਾਹੂੰਗਾ ਕਿ ਤੁਸੀਂ ਅਗਲੇ ਡੇਟਸ ਜ਼ਰੂਰ ਦੱਸੋ ਕਿ ਬਾਕੀ ਕਿੱਥੇ ਕਿੱਥੇ ਹੋ ਰਹੇ ਨੇ। ਮੈਂ ਦੱਸ ਦੇਣਾ, ਇਹ ਤਾਂ ਤੁਸੀਂ ਮੇਰਾ ਇਮਤਿਹਾਨ ਹੀ ਲਾਪੇ ਲੈਣ। ਮੈਂ ਕਿਹਾ ਜੀ, ਅੱਜ ਅਸੀਂ ਕੈਲਗਰੀ ਪੇਸ਼ ਕਰਾਂਗੇ, ਕੱਲ੍ਹ ਨੂੰ ਅਸੀਂ ਐਡਮਿੰਟਨ ਪੇਸ਼ ਕਰਾਂਗੇ, ਨੈਕਸਟ ਆਪਣੇ ਹਫ਼ਤੇ ਅਤੇ 27 ਤਰੀਕ ਨੂੰ, 27 ਅਗਸਤ ਨੂੰ ਅਸੀਂ ਐਬਸਫਰਡ ਸੈਂਟਰ ਦੇ ਵਿੱਚ ਬਹੁਤ ਪਿਆਰਾ ਸ਼ੋਅ ਤੁਹਾਡੇ ਲਈ ਪੇਸ਼ ਕਰਾਂਗੇ। ਤੁਸੀਂ ਸਨਮੁੱਖ ਬੈਠੇ ਹੋਗੇ ਤਾਂ ਸਾਡੀ ਹੋਰ ਵੀ ਸ਼ਾਨ ਵਧੂਗੀ। ਅਤੇ 28 ਤਰੀਕ ਨੂੰ, ਅਗਸਤ ਨੂੰ ਅਸੀਂ ਵਿਕਟੋਰੀਆ ਦੇ ਵਿੱਚ ਸ਼ੋਅ ਪੇਸ਼ ਕਰਾਂਗੇ। ਅਤੇ ਮੰਡੇ ਵਾਲੇ ਦਿਨ, ਸਾਡੇ ਕੋਲ ਕੋਈ ਹੋਰ ਦਿਨ ਨਹੀਂ ਸੀਗਾ, ਮੰਡੇ ਨੂੰ ਅਸੀਂ ਕੈਮਲੂਪਸ ਸ਼ੋਅ ਕਰਾਂਗੇ। ਅਤੇ 4 ਤਰੀਕ ਨੂੰ, 4 ਸਤੰਬਰ, ਹੁਣ ਮਹੀਨਾ ਆ ਗਿਆ, 4 ਸਤੰਬਰ ਨੂੰ ਅਸੀਂ ਸੈਸਕਾਟੂਨ, ਉੱਥੇ ਅਸੀਂ ਪਹਿਲੀ ਵਾਰੀ ਤਿੰਨੋਂ ਭਾਈ ਜਾ ਰਹੇ ਹਾਂ, ਤਿੰਨੋਂ ਰਜਾਈਨਾ ਅਸੀਂ ਕੀਤਾ ਸੀ, ਪਰ ਹੁਣ ਅਸੀਂ ਥੋੜ੍ਹਾ ਜਿਹਾ ਉਹ ਤੋਂ 1-2 ਘੰਟੇ ਪਰੇ ਨੂੰ ਅਸੀਂ ਥੋੜ੍ਹਾ ਜਿਹਾ ਉਹਦੀ ਲੋਕੇਸ਼ਨ ਚੇਂਜ ਕੀਤੀ, ਅਸੀਂ ਕਿਹਾ ਸੈਸਕਾਟੂਨ ਵੀ ਦੇਖ ਲਈਏ। 4 ਤਰੀਕ ਨੂੰ ਅਸੀਂ ਉੱਥੇ ਕਰਾਂਗੇ, 10 ਸਤੰਬਰ ਨੂੰ ਅਸੀਂ ਵਿਨਪੈਗ ਦੇ ਵਿੱਚ ਕਰਾਂਗੇ, ਅਤੇ 17 ਸਤੰਬਰ ਨੂੰ ਅਸੀਂ ਪਾਵਰਏਡ ਦੇ ਵਿੱਚ ਪੰਜਾਬੀ ਵਿਰਸਾ ਸ਼ੋਅ ਪੇਸ਼ ਕਰਾਂਗੇ। ਅਤੇ ਆਖਰੀ ਸ਼ੋਅ ਇਸ ਲੜੀ ਦਾ, ਇਸ ਸਾਲ ਦਾ 2016 ਦਾ, ਅਸੀਂ ਮੌਂਟਰੀਅਲ ਪੇਸ਼ ਕਰਾਂਗੇ 18 ਸਤੰਬਰ ਨੂੰ ਜੀ। ਅਤੇ 27 ਨੂੰ ਤਾਂ ਫਿਰ ਦਰਸ਼ਨ ਹੋਣੇ ਹੀ ਆ। ਬਿਲਕੁਲ ਜੀ, ਬਿਲਕੁਲ ਜ਼ਰੂਰ। ਸੋ ਕਮਲ ਜੀ, ਜਿਵੇਂ ਕਿ ਵਿਰਸੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ 'ਤੇ, ਵਾਰ ਵਾਰ ਗੱਲ ਤਾਂ ਰਿਪੀਟ ਕਰਨੀ ਪੈਂਦੀ ਆ, ਕਿਉਂਕਿ ਆਪਾਂ ਗੱਲਾਂ ਵਿਰਸੇ ਦੇ ਇਰਦ ਗਿਰਦ ਹੀ ਰੱਖਣੀ। ਜਿਵੇਂ ਕਿ ਇੱਕ ਵਾਰ ਮੈਂ ਜਲੰਧਰ ਹੈ ਨਾ ਸ਼ੋਪਿੰਗ ਕਰ ਰਿਹਾ ਸੀ ਮਾਡਲ ਟਾਊਨ ਦੇ ਵਿੱਚ, ਉੱਥੇ ਇੱਕ ਮੁੰਡਾ ਆਇਆ, ਉਹ ਕਹਿੰਦਾ ਵੀ ਆਹ ਮੇਰਾ ਸਟਾਈਲ ਜਿਹੜਾ ਹੈ ਨਾ ਭਾਅ ਜੀ, ਕਮਲਹੀਰ ਵਾਲਾ, ਮੈਨੂੰ ਇੱਦਾਂ ਦਾ ਕੁੜਤਾ ਜਿਹਾ ਦੇ ਜਿਹੜਾ ਮੈਂ ਜੀਨ ਦੇ ਨਾਲ ਪਾਵਾਂ। ਹੁਣ ਜਿੰਦੇ ਨੇ ਜਿੰਦੇ ਉਦੋਂ ਆਇਆ, ਹਾਂਜੀ ਹਾਂਜੀ ਜੀ ਜੀ, ਕੁੜਤਾ ਸਟਾਈਲ ਪਸੰਦ ਕੀਤਾ ਸੀ ਸੱਜਣਾ ਨੇ। ਹੁਣ ਇਸ ਵਾਰ ਕਿਹੋ ਜਿਹੀ ਪੁਸ਼ਾਕ ਹੋਵੇਗੀ ਮੇਲੇ ਦੇ ਉੱਤੇ, ਕਿਉਂਕਿ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਵੀ ਚੰਗਾ ਲੱਗੂਗਾ ਜਦੋਂ ਸੁਣ ਕੇ, ਕਿਉਂਕਿ ਜਿਹੜਾ ਤੁਸੀਂ ਗੱਲ ਕੀਤੀ ਨਾ ਕਿ ਆਪਾਂ ਵਿਰਸੇ ਦੇ ਇਰਦ ਗਿਰਦ ਦੀ ਰੱਖਣੀ ਆ ਚੀਜ਼, ਜੀ ਜੀ, ਉਹ ਚੀਜ਼ ਆ ਕਿ ਤੁਸੀਂ ਦੇਖਣਾ ਇਬਾਦਤ, ਤੇਰੀ ਯਾਦ ਬੰਦਗੀ ਹੈ, ਰਿਆਜ਼ਤ ਨਾਮ ਹੈ ਤੇਰੀ ਗਲੀ ਮੇ ਆਨੇ ਜਾਣੇ ਕਾ। ਪੰਜਾਬੀ ਵਿਰਸਾ ਸਾਡਾ ਸੰਗੀਤ ਆ ਜਿਹੜਾ, ਇਹ ਸਾਡੇ ਜੀਵਨ ਦਾ 70%, ਸ਼ਾਇਦ 60 ਹੋਵੇ ਚਾਹੇ 70 ਹੋਵੇ, ਸਾਡੇ ਜੀਵਨ ਦਾ ਹਿੱਸਾ ਆ, ਸਾਡਾ ਹੋਰ ਵੀ ਜੀਵਨ ਆ। ਸੋ ਜਿਹੜੀ ਸਾਡੀ ਗੱਲਬਾਤ ਵੀ ਆ, ਅਸੀਂ ਗੱਡੀ 'ਚ ਵੀ ਜਾਂਦੇ ਹਾਂ, ਮਨਮੋਹਨ ਵੀਰ ਜੀ, ਸੰਗਤਾਰ, ਅਸੀਂ ਵਿਰਸੇ ਦੀਆਂ ਗੱਲਾਂ ਕਰੀ ਜਾਂਦੇ ਹਾਂ। ਸੋ ਹੁਣ ਤਾਂ ਸਾਡਾ ਪਰਪਸ ਹੋਰ ਵੀ ਸੋਲਿਡ ਹੋ ਗਿਆ, ਕਿਉਂਕਿ ਅਸੀਂ ਸ਼ੋਜ਼ ਕਰ ਰਹੇ ਹਾਂ, 27 ਨੂੰ ਤੁਹਾਡੇ ਕਰ ਰਹੇ ਹਾਂ ਇੱਥੇ। ਸੋ ਬਸ ਉਹ ਪਰਪਸ ਤਾਂ ਕਰਕੇ ਅਸੀਂ ਮੋੜ ਕੇ ਉੱਥੇ ਗੱਲ ਵਿਰਸੇ 'ਤੇ ਲਿਆ ਰਹੇ ਹਾਂ। ਬਿਲਕੁਲ ਜੀ। ਸੋ ਕਮਲ ਜੀ, ਮੈਂ ਚਾਹੂੰਗਾ ਕਿ ਬਹੁਤ ਸਾਰੇ ਤੁਸੀਂ ਸ਼ੇਅਰ ਸਟੇਜ 'ਤੇ ਸਾਂਝੇ ਕਰ ਦਿਓ ਆਪਣੇ ਦਰਸ਼ਕਾਂ ਨਾਲ, ਗਾਉਂਦੇ ਆ, ਹਿੱਟ ਸੁਪਰ ਹਿੱਟ ਗੀਤ ਹੈ ਤੁਹਾਡੇ, ਕੋਈ ਦੱਸਣ ਦੀ ਲੋੜ ਨਹੀਂ, ਸਭ ਨੂੰ ਪਤਾ। ਕਿਹੋ ਜਿਹਾ ਸ਼ੇਅਰ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਨਜ਼ਾਰਾ ਬੰਨ੍ਹਦਾ ਜਦੋਂ ਤੁਸੀਂ ਸਟੇਜ 'ਤੇ ਬੋਲਦੇ ਹੋ? ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ, ਕਦੀ ਪੈਰ ਉਹਨਾਂ 'ਤੇ ਧਰੀਏ ਨਾ, ਮੈਂ ਕਦੀ ਨਾ ਡਿੱਗਿਆ ਜ਼ਿੰਦਗੀ ਵਿੱਚ, ਇਸ ਗੱਲ ਦਾ ਦਾਵਾ ਕਰੀਏ ਨਾ, ਡਿੱਗ ਡਿੱਗ ਕੇ ਤੁਰਨਾ ਆ ਜਾਵੇ, ਕਦੀ ਡਿੱਗਣ ਕੋਲੋਂ ਡਰੀਏ ਨਾ। ਬਹੁਤ ਅੱਛੀ, ਕਿਆ ਵਾਰ। ਕੋਈ ਬਣਦਾ ਘੋੜ ਸਵਾਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ, ਹੱਥੋਂ ਡਿੱਗ ਜਾਵੇ ਹਥਿਆਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ, ਤਨ ਹੀਰਾ ਹੋਏ ਬਿਮਾਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ, ਕਿਸਮਤ ਦੇ ਜਾਏ ਹਾਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ। ਜ਼ਿੰਦਗੀ ਦੇ ਵਿੱਚ 100 ਵਾਰੀ ਬੰਦਾ ਡਿੱਗ ਕੇ ਫਿਰ ਉੱਠ ਬਹਿੰਦਾ ਹੈ, ਪਰ ਮੰਗਲਾ ਡਿੱਗੇ ਜੋ ਨਜ਼ਰਾਂ ਤੋਂ ਉਹ ਫਿਰ ਨਾ ਕੰਮਦਾ ਰਹਿੰਦਾ ਹੈ। ਅਸੀਂ ਤੇਰੇ ਤਾਂ ਹੀ ਆਉਣ ਲਈ ਡਿੱਗ ਡਿੱਗ ਕੇ ਤੁਰਨਾ ਸਿੱਖਦੇ ਹਾਂ। ਸੋ ਜਿਹੜੇ ਸਾਡੇ ਸਰੋਤੇ ਜੁੜੇ ਆ, ਦੁਨੀਆ ਭਰ ਦੇ ਵਿੱਚ ਜੁੜੇ ਆ, ਅਸੀਂ ਔਰਫੀਅਮ ਦੇ ਵਿੱਚ ਸ਼ੋਅ ਕੀਤਾ ਸੀ, ਉਦੋਂ ਵੀ ਤੁਸੀਂ ਸਾਡੇ ਮੈਂ ਅੱਖਾਂ 'ਚ ਅੱਖਾਂ ਪਾ ਕੇ ਤੁਹਾਡੇ ਨਾਲ ਗਾ ਰਿਹਾ ਸੀ। ਬਿਲਕੁਲ ਬਿਲਕੁਲ ਜੀ, ਸਾਰੇ 2008 ਦੇ ਵਿੱਚ ਉਹ ਇਕੱਲਾ ਰਹਿ ਜਾਂਦਾ ਜੋ ਆਕੜ ਕਰ ਜਾਂਦਾ, ਰਹੀ ਬਖਸ਼ ਦਾ ਤੂੰ ਕੀਤੇ ਹੋਏ ਕਸੂਰ ਦਾ ਤਿਆ, ਉਦੋਂ ਸਾਡਾ ਸ਼ੋਅ ਔਰਫੀਅਮ ਦੇ ਵਿੱਚ ਅਸੀਂ ਸੋਲਡ ਆਊਟ ਕੀਤਾ ਸੀ। ਅਤੇ ਫਿਰ ਅਸੀਂ ਤਿੰਨਾਂ ਭਾਈਆਂ ਨੇ ਕਿਹਾ ਕਿ ਸਾਡਾ ਪਿਆਰ ਸਾਡੇ ਨਾਲ ਹੋਰ ਜੁੜਦੇ ਜਾਂਦੇ ਆ, ਅਸੀਂ ਪੁਰਾਣੇ ਸਰੋਤੇ ਜਿਹੜੇ ਸਾਡੇ ਉਹ ਤਾਂ ਸਾਡੇ ਹੈ, ਅਸੀਂ ਨਵੇਂ ਹੋਰ ਜੋੜਦੇ ਜਾ ਰਹੇ ਹਾਂ, ਕਿ ਇਹ ਹਾਲ ਸਾਡੇ ਲਈ ਛੋਟਾ ਪੈ ਗਿਆ, ਹੁਣ ਸਾਨੂੰ ਹੁਣ ਵੱਡੇ ਹਾਲ 'ਚ ਮੂਵ ਹੋਣਾ ਚਾਹੀਦਾ। ਅਸੀਂ 2008 'ਚ ਇਹ ਡਿਸੀਜਨ ਇਹ ਲੈ ਲਿਆ ਸੀ, ਅਤੇ 2010 ਦੇ ਵਿੱਚ ਫਿਰ ਅਸੀਂ ਵੱਡੇ ਹਾਲ ਦੇ ਵਿੱਚ ਮੂਵ ਹੋ ਗਏ, ਅਤੇ ਇਸੇ ਮਨੋਰਥ ਦੇ ਨਾਲ ਅਸੀਂ ਫਿਰ ਐਬਸਫਰਡ, ਉਹਦੇ ਵਰਗਾ ਤਾਂ ਹਾਲ ਹੀ ਹੋਰ ਕੋਈ ਨਹੀਂ, ਸਾਊਂਡ ਸਾਊਂਡ ਇੱਦਾਂ, ਫਿਰ ਪਿੰਦੀ ਨੇ ਐਨ ਠੁੱਕ ਬੰਨ੍ਹ ਦੇਣਾ ਫੜ ਗਏ। ਬਿਲਕੁਲ। ਕਮਲ ਜੀ, ਜਿਵੇਂ ਕਿ ਪਹਿਲਾਂ ਮਨਮੋਹਨ ਭਾਅ ਜੀ ਹੋਰਾਂ ਨਾਲ ਵੀ ਗੱਲ ਹੋਈ ਆ,
कि जो पिछली उन्होंने इंटरव्यू चली है बहुत ज़्यादा पसंद की आ साडे दर्शकों स्रोतियां ने तो गोल्डन स्टार के टिकटों की गहमा गहमी होर ज़्यादा तेज हो गई आ जे थानू पता लग जाए कि बस दो दिन पहला शो सोल्ड आउट आ तो किहो जी फीलिंग होएगी थोड़ी किदां महसूस करोगे तू असी जीवन दे विच जिहड़ा दो टिकटां रह जाणगियां एंड दे विच पंज टिकटां रह जाणगियां सौ टिकट रह जाणी वह भी सोल्ड आउट ही हुंदा आ असी जीवन दे विच किन्ने शो कर दित्ते सी किन्ने पंजाबी विरसे कर दित्ते आ उन्हां दी असी हमेशा वीडियो भी रिकॉर्ड करदे आ चाहे असी ऑस्ट्रेलिया गए हाँ चाहे असी न्यूजीलैंड गए हाँ चाहे असी लंडन का शो रिकॉर्ड किया इंग्लैंड के किए आ चाहे दो बारी टोरंटो का हो गया दो बारी कनेडा अपने वैनकूवर का हो गया साडे होम टाउन का हो गया ਤੁਸੀਂ ਕਿਤਿਓਂ ਵੀ ਖੋਲ੍ਹ ਕੇ ਵੇਖ ਲਿਓ ਸਾਡੇ ਸ਼ੋਅ ਇਹ ਇੰਨਾ ਪਿਆਰ ਸਾਨੂੰ ਮਿਲਦਾ ਆ ਸਾਡੀ ਯੋਗਤਾ ਤੋਂ ਵੱਧ ਕੇ ਪਿਆਰ ਮਿਲਦਾ ਇਹ ਮੈਨੂੰ ਲਫ਼ਜ਼ ਜ਼ਰੂਰ ਵਿੱਚ ਪਾਉਣਾ ਚਾਹੀਦਾ ਯੋਗਤਾ ਤੋਂ ਵੱਧ ਕੇ ਸਾਡੀ ਤੋਂ ਪਿਆਰ ਮਿਲਦਾ ਆ ਅਤੇ ਹਮੇਸ਼ਾ ਸਾਡਾ ਸ਼ੋਅ ਸੋਲਡ ਆਊਟ ਹੀ ਹੁੰਦਾ ਆ ਚਾਹੇ ਪੰਜ ਦਿਨ ਪਹਿਲਾਂ ਹੋ ਗਿਆ ਚਾਹੇ ਪੰਜ ਮਿੰਟ ਪਹਿਲਾਂ ਹੋ ਗਿਆ ਅਤੇ ਉਹ ਸੋਲਡ ਆਊਟ ਸਾਡਾ ਸ਼ੋਅ ਹਮੇਸ਼ਾ ਹੁੰਦੇ ਆ ਸੋ ਇਹ ਸਾਡੀ ਖੁਸ਼ਕਿਸਮਤੀ ਆ ਸੋ ਬਾਕੀ ਜਦੋਂ ਕਿਸੇ ਬੰਦੇ ਨੂੰ ਮਾਨ ਸਨਮਾਨ ਮਿਲਦਾ ਆ ਤਾਂ ਉਹ ਇਹ ਨਾ ਸਮਝੇ ਕਿ ਮੇਰਾ ਸ਼ੋਅ ਸੋਲਡ ਆਊਟ ਹੋ ਗਿਆ ਮੈਂ ਇਹੀ ਤਾਂ ਮੈਂ ਕਹਿੰਦਾ ਕਿ ਮੈਂ ਕਦੇ ਨਾ ਡਿੱਗਿਆ ਜ਼ਿੰਦਗੀ ਦੇ ਵਿੱਚ ਇਸ ਗੱਲ ਦਾ ਦਾਅਵਾ ਕਰੀਏ ਨਾ ਇਹ ਜੀਵਨ ਉਤਰਾਅ ਚੜ੍ਹਾਅ ਆ ਜਿਹੜੀਆਂ ਸ਼ੋਹਰਤਾਂ ਇਹ ਫਾਨੀ ਚੀਜ਼ਾਂ ਆ ਇਹ ਚਿਰ ਸਥਾਈ ਨਹੀਂ ਚੀਜ਼ਾਂ ਹੈਗੀਆਂ ਕਿ ਤੁਸੀਂ ਇਹਨਾਂ ਨੂੰ ਇੱਦਾਂ ਫੜ ਕੇ ਰੱਖ ਸਕਦੇ ਆ ਇਹ ਚਿਰ ਸਥਾਈ ਨਹੀਂ ਚੀਜ਼ਾਂ ਜਿਹੜਾ ਪਿਆਰ ਆ ਜਿਸ ਤਰ੍ਹਾਂ ਅਸੀਂ ਗਾਉਂਦੇ ਹਾਂ ਕਿ ਤੁਸੀਂ ਵੱਸਦੇ ਰਹੋ ਪਰਦੇਸੀ ਉਹ ਤੁਹਾਡੇ ਨਾਲ ਵਸੇ ਪੰਜਾਬ ਤੁਸੀਂ ਮੈਂ ਇੱਕ ਵੰਗ ਨਾ ਖਿੰਡ ਗਿਆ ਪਿੱਛੇ ਖਿੜਿਆ ਛੱਡ ਖੁਲਾਬ ਉਹ ਚੀਜ਼ਾਂ ਚਿਰ ਸਥਾਈ ਆ ਜਿਹੜਾ ਪਿਆਰ ਰਹਿਣ ਵਾਲਾ ਦੂਜੇ ਦਾ ਉੱਥੇ ਦੇ ਪੰਜਾਬ ਦੀ ਵੀ ਨੁਹਾਰ ਪਹਿਲਾਂ ਹੀ ਪੰਜਾਬ ਬਹੁਤ ਸੋਹਣਾ ਆ ਉੱਥੇ ਦੇ ਸਾਰੇ ਰੂਹਾਂ ਬਹੁਤ ਪਿਆਰੀਆਂ ਨੇ ਆਪਣੇ ਮਿਹਨਤ ਕਰਨ ਮੇਨ ਮਿਹਨਤ ਮੁਸ਼ੱਕਤ ਕਰਨ ਵਾਲੇ ਪੰਜਾਬੀ ਲੋਕ ਨੇ ਸੋ ਉਹਨੂੰ ਹੋਰ ਵੀ ਸੁਹਾਵਣਾ ਇੱਥੇ ਦੇ ਪੈਸੇ ਨੇ ਬਹੁਤ ਜ਼ਿਆਦਾ ਬਣਾਇਆ ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਬਹੁਤ ਮਹਾਨਤਾ ਉਹਨਾਂ ਦੀ ਸਿਗਨੀਫਿਕੈਂਸ ਜੀਵਨ 'ਚ ਬਹੁਤ ਜ਼ਿਆਦਾ ਆ ਸੋ ਸ਼ੋਅ ਸੋਲਡ ਆਊਟ ਹੋ ਗਿਆ ਮੇਰਾ ਉਹਦਾ ਮੈਂ ਰੌਲਾ ਪਾਈ ਜਮਾਂ ਹੈ ਨਾ ਸੋ ਜਿਹਨਾਂ ਨੇ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਾਂ ਸੋ ਸ਼ੁਕਰੀਆ ਇੰਨਾ ਪਿਆਰ ਕਰ ਲਏ ਇੰਨੀ ਮੁਹੱਬਤ ਕਰ ਲਏ ਪੰਜਾਬੀ ਵਿਰਸੇ ਦੀ ਲੜੀ ਨੂੰ ਵੱਡੇ ਵੀਰ ਜੀ ਨੇ 24 ਸਾਲ 23 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਗਾਉਣਾ ਅਤੇ ਮੈਂ 2003 ਦੇ ਵਿੱਚ ਸ਼ੌਂਕੀ ਮੇਲਾ ਇੱਥੋਂ ਹੀ ਮੇਰਾ ਵਕਾਰ ਬਣਿਆ ਇਸ ਸ਼ਹਿਰ ਤੋਂ ਵਕਾਰ ਬਣਿਆ ਸ਼ੁਰੂਆਤ ਹੋਈ ਫਿਰ 2004 ਦੇ ਵਿਰਸੇ ਨੇ ਉਹਨੂੰ ਹੋਰ ਵੀ ਜਿਸ ਤਰ੍ਹਾਂ ਹਵਾ ਖੁਸ਼ਬੂ ਨੂੰ ਚੱਕ ਕੇ ਲੈ ਜਾਂਦੀ ਆ ਮੈਨੂੰ ਹੋਰ ਵੀ ਨਿਖਾਰਿਆ ਉਸ ਚੀਜ਼ ਨੇ ਸੋ ਸਾਨੂੰ 12 ਸਾਲ ਪੰਜਾਬੀ ਵਿਰਸੇ ਦੀ ਲੜੀ ਕਰਦਿਆਂ ਨੂੰ ਹੋ ਗਿਆ ਤਾਣਾ 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 ਜਦ ਤੱਕ ਗਾਉਣਾ ਹੈ ਅਸੀਂ ਵਿਰਸਾ ਪੰਜਾਬੀ ਗਾਉਣਾ ਵਾਹ ਸੋ ਕੋਈ ਮਾਣ ਵਾਲੀ ਗੱਲ ਨਹੀਂ ਉਸ ਵੇਲੇ ਹੁੰਦੀ ਜਦ ਸਾਡਾ ਸ਼ੋਅ ਸੋਲਡ ਆਊਟ ਹੋ ਜਾਂਦਾ ਅਸੀਂ ਸ਼ੁਕਰਾਨਾ ਹੀ ਕਰਦੇ ਹਾਂ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਰਿਣੀ ਆ ਤੁਹਾਡੇ ਪੰਜਾਬੀ ਜ਼ੁਬਾਨ ਅਤੇ ਪੰਜਾਬੀਆਂ ਨੇ ਸਾਨੂੰ ਬਹੁਤ ਕੁਛ ਦਿੱਤਾ ਉਸੇ ਹੀ ਤਵੱਕੋ ਦੇ ਨਾਲ ਉਸੇ ਹੀ ਆਸ ਦੇ ਨਾਲ ਉਸੇ ਪਿਆਰ ਦੀ ਆਸ 'ਚ ਅਸੀਂ ਆ ਰਹੇ ਹਾਂ 27 ਆਪਣੇ ਅਗਸਤ ਨੂੰ ਆਪਣੇ ਐਬਸਫਰਡ ਸੈਂਟਰ ਦੇ ਵਿੱਚ ਤੁਹਾਡੇ ਦਰਸ਼ਨ ਕਰਨ ਤੁਸੀਂ ਆਉਣਾ ਉਹਦਾ ਮੈਂ ਕਿਹਾ ਜੀ ਪੱਕਾ ਅਸੀਂ ਵੀ ਆਉਣਾ ਬੜੀ ਮਿਹਰਬਾਨੀ ਧੰਨਵਾਦ ਸਤਿ ਸ਼੍ਰੀ ਅਕਾਲ